फतेहगढ़ साहब की धरती तो जितेंद्र सिंह सिद्धू नौजवान है जो जिसने तहिया किया है कि किसानी बिलों के हक में फतेहगढ़ साहब तो कनेडा तक साइकिल से राइड करेगा जो सुनने और तुहानू देखने विच शायद मुश्किल लगता होया पर इसका जज्बा नौजवान का एड्डा वड्डा है। एक पूरा सिस्टम पूरियां किटां और अपने पूरे सिस्टम नू नाल लैके ये वीर फतेहगढ़ साहब की धरती तो चाले पा गया है, सिंघू बॉर्डर दिल्ली पहुँच चुका है। सो इस तरह के जज्बे जनून ये विश्वव्यापी अंदोलन बन चुके, असी पहला भी रिपोर्टा नशर कर चुके हैं, पर साइकिल पहुंचेगी किसानी का अंदोलन का झंडा लैके कनेडा तक। सो इन्हां नाल गलबात भी करांगे। भाजी स्वागत है तुहाडा डेली पोस्ट चैनल पंजाबी ते। मेहरबानी जी, बहुत सत श्री अकाल सारयां नूं। भाजी फतेहगढ़ साहब की धरती का पहले ही विश्व भर के एक बड़ा इतिहास है, किस तरह थोड़े मन में आया और कदों कदों किदां किदां जाओगे, थोड़ा इहदे बारे जाणो। पहले तो मैं पंजाब कवर कर रहा हाँ, पंजाब हो गया है, हिमाचल उत्तराखंड अज दिल्ली कवर कर रहा हाँ। हाँ पहला मैं इंडिया टूर करूंगा सारा, देखूंगा केड़ी केड़ी चीज मैनू चाहिए है, केड़ी केड़ी प्रॉब्लम आ सकती है साइकिल च, मैनू की चेंजेस करनिया पैणगियां। इस राइड का जो मेन मोटिव है वह किसानों के जो राइट्स ने उन्होंने प्रति अवेयरनेस क्रिएट करनी, सोसाइटी च लोगों नूं दसना ते किसानों नूं वध तों वध अपने राइट्स बारे अवेयर करवाना, जिदे लिए मैं कुछ पैम्फलेट्स भी लैके जाऊँगा वंडूंगा तो जिथे जिथे लोड़ पई किस जो भी लोगों नूं समझाऊँगा भी इदा इदा करके साडे नाल की हो रहा है तो गवर्नमेंट की कर रही है, इहदा मेन मोटिव यही है। ਗਵਰਨਮੈਂਟ ਦਾ ਜੋ ਚਿੱਠਾ ਹੈ ਵਿਸ਼ਵ ਭਰ ਵਿੱਚ ਖੋਲਣ ਦਾ ਪਲਾਨ ਹੈ। ਹਾਂ ਸੋ ਇੱਕ ਵੱਡੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਹੁਣ ਤੱਕ ਕਿੰਨੇ ਕਿਲੋਮੀਟਰ ਚਲਾ ਚੁੱਕੇ ਹੋ ਔਰ ਕਿਹੜੀਆਂ ਕਿਹੜੀਆਂ ਔਕੜਾਂ ਤੁਹਾਨੂੰ ਸਾਹਮਣੇ ਆਈਆਂ, ਕਿਉਂਕਿ ਬਹੁਤ ਵੱਡਾ ਹੈ ਇੰਡੀਆ ਦਾ ਵੀ ਜੇ ਕਰੀਏ ਅਸੀਂ ਸਰਕਲ ਕਾਫੀ ਵੱਡਾ ਹੈ। ਹੁਣ ਤੱਕ ਮੈਂ 3,350 ਕਿਲੋਮੀਟਰ ਜਾ ਚੁੱਕਿਆ ਹਾਂ ਕਿਉਂਕਿ ਮੈਨੂੰ ਅਜੇ ਥੋੜ੍ਹਾ ਟਾਈਮ ਹੀ ਹੋਇਆ ਰਾਈਡ ਸ਼ੁਰੂ ਕੀਤੇ ਨੂੰ, ਉਸ ਤੋਂ ਪਹਿਲਾਂ ਸਾਈਕਲਿੰਗ ਬਹੁਤ ਕੀਤੀ ਆ ਪਰ ਜੋ ਪ੍ਰੋਫੈਸ਼ਨਲੀ ਆ ਉਹ ਮੈਨੂੰ 3-4 ਮਹੀਨੇ ਹੋਏ ਨੇ। ਬਾਕੀ ਸਾਈਕਲਿੰਗ ਇੰਨੀ ਔਖੀ ਨਹੀਂ, ਸ਼ੁਰੂ ਸ਼ੁਰੂ 'ਚ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਸ਼ੁਰੂ 'ਚ ਔਖਾ ਲੱਗਦਾ ਜਾਂ ਤੁਸੀਂ ਡੈਸਟੀਨੇਸ਼ਨ 'ਤੇ ਪਹੁੰਚਣ ਵਾਲੇ ਹੁੰਦੇ ਹੋ ਉਦੋਂ ਔਖਾ ਲੱਗਦਾ ਹੈ, ਜਦੋਂ ਇੱਕ ਵਾਰ ਸਰੀ ਬਾਡੀ ਆਪਣੀ ਜੋ ਕੰਡੀਸ਼ਨਸ ਨੂੰ ਆਪਣੇ ਨਾਲ ਆਪਾਂ ਢਾਲ ਲੈਂਦੀ ਹੈ ਉਦੋਂ ਪ੍ਰੋਬਲਮ ਨਹੀਂ ਹੁੰਦੀ। ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਬਾਡੀ ਨੂੰ ਵੀ ਉਸ ਤਰੀਕੇ ਨਾਲ ਤਿਆਰ ਕਰਾਂ ਕਿਉਂਕਿ ਰਾਈਡ ਕਾਫੀ ਲੰਬੀ ਹੈ ਇਹ, ਅਤੇ ਜੇ ਇੰਡੀਆ ਦਾ ਹੀ ਇੰਡੀਆ ਨੂੰ ਇਹ ਕਵਰ ਕਰਨਾ ਹੋਵੇ ਘੱਟੋ ਘੱਟ 7-8 ਹਜ਼ਾਰ ਕਿਲੋਮੀਟਰ ਦਾ ਸਫ਼ਰ ਹੈ ਸਿਰਫ ਇੰਡੀਆ ਦਾ ਹੀ, 3500 ਕਰੀਬ ਕਰ ਚੁੱਕੇ। ਹਾਂ ਅਤੇ ਮੇਰਾ ਇਹੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਐਕਸਪੀਰੀਅੰਸ ਦੇਖਾਂ ਵੀ ਕਿਵੇਂ ਕਿਵੇਂ ਹੋਰ ਵੀ ਜਿਨ੍ਹਾਂ ਨੇ ਪਹਿਲਾਂ ਇਹ ਰਾਈਡਸ ਕੀਤੀਆਂ ਨੇ ਕਰ ਵੀ ਰਹੇ ਨੇ ਉਹਨਾਂ ਦੇ ਸਾਰੇ ਮੈਂ ਕੰਟੈਕਟ 'ਚ ਹਾਂ, ਉਹਨਾਂ ਦੀ ਐਡਵਾਈਸ ਲੈਂਦਾ ਰਹਿੰਦਾ ਹੈ। ਅਤੇ ਕੈਨੇਡਾ ਜਾਣ ਦੇ 2-3 ਰਸਤੇ ਨੇ, ਜਾਂ ਤਾਂ ਇੱਥੋਂ ਆਪਾਂ ਇਰਾਨ ਜਾ ਸਕਦੇ ਹਾਂ ਬਾਏ ਏਅਰ ਸਾਈਕਲ ਸ਼ਿਫਟ ਕਰ ਸਕਦੇ ਹਾਂ ਨਾਲ ਪਲੇਨ 'ਚ, ਅਤੇ ਉੱਥੋਂ ਯੂਰਪ 'ਚ ਐਂਟਰ ਹੋ ਸਕਦੇ ਹਾਂ, ਯੂਰਪ ਤੋਂ ਯੂਕੇ, ਯੂਕੇ ਤੋਂ ਫਿਰ ਪਲੇਨ ਸ਼ਿਫਟ ਕਰਕੇ ਕੈਨੇਡਾ ਪਹੁੰਚ ਸਕਦੇ ਹੋ। ਇਹ ਸਭ ਤੋਂ ਸ਼ਾਰਟੈਸਟ ਰੂਟ ਹੈ, ਇਹ ਰੂਟ ਮੈਪ ਤੁਹਾਡੇ ਮਾਈਂਡ ਵਿੱਚ ਸੈਟਅਪ ਹੈ? ਹਾਂ, ਇਸ ਤੋਂ ਪਹਿਲਾਂ ਮੋਟਰਸਾਈਕਲ 'ਤੇ ਇਹ ਰੂਟ ਕਵਰ ਕਰ ਚੁੱਕੇ ਨੇ ਲੋਕ ਆਪਣੇ ਇੰਡੀਆ ਤੋਂ ਵੀ, ਬਹੁਤ ਲੋਕਾਂ ਨੇ ਕਵਰ ਕੀਤਾ ਹੈ। ਦੂਜਾ ਰੂਟ ਹੈ ਇੱਥੋਂ ਮਿਆਂਮਾਰ ਬਰਮਾ, ਬਰਮਾ ਤੋਂ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਸਿੰਗਾਪੁਰ ਤੋਂ ਇੰਡੋਨੇਸ਼ੀਆ, ਅਤੇ ਉੱਥੋਂ ਫਲਾਈਟਸ ਲੈ ਕੇ ਮੈਂ ਰਸ਼ੀਆ, ਰਸ਼ੀਆ ਤੋਂ ਫਿਰ ਯੂਰਪ ਐਂਟਰ ਕਰ ਸਕਦਾ। ਇਹ ਪ੍ਰੋਪਰ ਵਰਲਡ ਟੂਰ ਹੈ, ਜਾਂ ਫਿਰ ਮੈਂ ਥਾਈਲੈਂਡ ਤੋਂ ਹੀ ਸਿੱਧਾ ਕੈਨੇਡਾ ਦੀ ਫਲਾਈਟ ਲੈ ਸਕਦਾ, ਮਤਲਬ ਕਿ 3-4 ਰੂਟ ਨੇ ਇਹਨੂੰ ਕਵਰ ਕਰਨ। ਬਿਲਕੁਲ ਬਿਲਕੁਲ, ਫਿਰ ਤੁਸੀਂ ਇਹ ਸਾਰਾ ਵੀਜ਼ਾ ਦੀ ਪ੍ਰਕਿਰਿਆ ਵੀ ਹੋਣੀ ਹੈ ਔਰ ਸਾਈਕਲ ਵੀ ਨਾਲ ਲੈ ਕੇ ਜਾਣਾ, ਫਿਰ ਕਿਸ ਤਰ੍ਹਾਂ ਖਰਚਾ ਵਗੈਰਾ ਮੈਨੇਜ ਕਰੋਗੇ, ਕਿਸ ਤਰ੍ਹਾਂ ਕਰੋਗੇ ਸਾਰਾ ਕੁਛ ਥੋੜਾ ਦੇਖਣ ਸੁਣਨ ਨੂੰ? ਹਾਂ, ਸਾਰੇ ਲੋਕ ਤੁਹਾਨੂੰ ਦੇਖ ਸਕਦੇ ਹੋ ਤੁਸੀਂ, ਮੈਂ ਵਿੱਕੀ ਨੂੰ ਕਹੂੰਗਾ ਕਿ ਲੋਕ ਇਕੱਠੇ ਹੋ ਜਾਂਦੇ ਆ ਕਿਉਂਕਿ ਜਦੋਂ ਐਡਾ ਵੱਡਾ ਜਜ਼ਬਾ ਦੇਖਦੇ ਆ ਔਰ ਲੋਕਾਂ ਦੇ ਵਿੱਚ ਇੱਕ ਸਲਿਊਟ ਦੀ ਭਾਵਨਾ ਬਣ ਜਾਂਦੀ ਹੈ ਕਿ ਇੱਕ ਐਡਾ ਵੱਡਾ ਅੰਦੋਲਨ ਨੂੰ ਲੈ ਕੇ ਲੋਕਾਂ ਦੇ ਅੰਦਰ ਜੇ ਗੱਲ ਕਹੀਏ ਜ਼ਮੀਰ ਵੀ ਜਾਗ ਚੁੱਕਿਆ ਔਰ ਐਡਾ ਬੜਾ ਮਾਈਂਡ ਸੈਟਅਪ ਹੈ ਕਿ ਹਰ ਹਾਲ 'ਚ ਜਿੱਤਣਾ ਹੈ। ਖੈਰ ਇਹਦੇ ਲਈ ਥੋੜ੍ਹਾ ਇਹਦੇ ਲਈ ਦੀ ਬਹੁਤ ਜ਼ਿਆਦਾ ਸਪੋਰਟ ਆ ਮੈਨੂੰ, ਅਤੇ ਖਰਚੇ ਦਾ ਮੈਨੂੰ ਆਈਡੀਆ ਹੈ ਵੀ ਕਿੰਨਾ ਕੁ ਆ ਜਾਊਗਾ, ਉਹਨੂੰ ਧਿਆਨ 'ਚ ਰੱਖ ਕੇ ਮੈਂ ਪ੍ਰਿਪੇਅਰ ਹੋ ਰਿਹਾ। ਬਾਕੀ ਰਹੀ ਵੀਜ਼ਾ ਦੀ ਗੱਲ, ਜ਼ਿਆਦਾ ਕੰਟਰੀਆਂ 'ਚ ਆਪਾਂ ਨੇ ਇੰਡੀਅਨ ਪਾਸਪੋਰਟ ਨੂੰ ਔਨ ਅਰਾਈਵਲ ਵੀਜ਼ਾ ਹੈਗਾ ਹੈ, ਕੁਛ ਕੁ ਕੰਟਰੀਆਂ 'ਚ ਪ੍ਰੋਬਲਮ ਆਉਂਦੀ ਹੈ, ਉੱਥੇ ਜਿੱਥੇ ਪ੍ਰੋਬਲਮ ਆਊਗੀ ਤਾਂ ਆਪਣੇ ਇੰਡੀਅਨ ਕੌਂਸਲੇਟ ਨਾਲ ਮੈਂ ਲਗਾਤਾਰ ਕੰਟੈਕਟ 'ਚ ਰਹੂੰਗਾ, ਕੋਸ਼ਿਸ਼ ਕਰੂੰਗਾ ਕਿ ਮਿਨਿਸਟਰੀ ਆਫ ਇੰਡੀਅਨ ਅਫੇਅਰਸ ਤੋਂ ਵੀ ਇੱਕ ਸਰਟੀਫਿਕੇਟ ਮੈਂ ਮਿਲ ਜਾਵੇ ਮੈਨੂੰ, ਉਹ ਵੀ ਹੈਲਪ ਕਰੂਗਾ। ਬਾਕੀ ਜਦੋਂ ਤੁਹਾਡਾ ਟਾਰਗੇਟ ਕੁਛ ਅਲੱਗ ਹੁੰਦਾ ਜਾਂ ਤੁਹਾਡਾ ਅੰਦਰੋਂ ਸਾਫ਼ ਹੁੰਦਾ ਤਾਂ ਉਹ ਇੱਦਾਂ ਹੀ ਪ੍ਰੋਬਲਮ ਨਹੀਂ ਆਉਂਦੀ, ਪਰ ਉਹ ਜੇ ਪ੍ਰੋਬਲਮ ਆਊਗੀ ਵੀ ਤਾਂ ਉਹ ਮੌਕੇ ਦੀ ਮੌਕੇ ਦੇਖੀ ਜਾਊਗੀ। ਪਰ ਮੈਨੂੰ ਇਹ ਫੀਲ ਹੁੰਦਾ ਕਿ ਐਡੀ ਜ਼ਿਆਦਾ ਪ੍ਰੋਬਲਮ ਨਹੀਂ ਆਉਣਗੀ ਕਿਉਂਕਿ ਮੈਂ ਰੂਟ ਹੀ ਉਸ ਹਿਸਾਬ ਨਾਲ ਚੁਣੂੰਗਾ ਜਿਸ ਕੰਟਰੀਆਂ ਦਾ ਵੀਜ਼ਾ ਮੈਨੂੰ ਆਸਾਨੀ ਨਾਲ ਮਿਲ ਜਾਵੇ। ਬਿਲਕੁਲ ਭਾਜੀ, ਕੀ ਕੰਮ ਕਰਦੇ ਹੋ ਤੁਸੀਂ? ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ, ਥੋੜ੍ਹਾ ਚਿਰ ਜੋਬ ਵੀ ਕੀਤੀ ਹੈ, ਪਰ ਉੱਥੇ ਮੇਰਾ ਮਨ ਨਹੀਂ ਲੱਗਿਆ ਅਤੇ ਸ਼ੁਰੂ ਤੋਂ ਹੀ ਮੈਨੂੰ ਟਰੈਵਲਿੰਗ ਕਰਨ ਦਾ ਸ਼ੌਂਕ ਸੀ, ਆਊਟਡੋਰ ਕੁਕਿੰਗ ਦਾ, ਆਊਟਡੋਰ ਐਕਟੀਵਿਟੀਜ਼ ਕਰਨ ਦਾ ਸ਼ੌਂਕ ਸੀ,
ਤੇ ਹੁਣ 3-4 ਸਾਲ ਤੋਂ ਮੈਂ ਇਸੇ ਲਾਈਨ 'ਚ ਹਾਂ ਤੇ ਅੱਗੇ ਦਾ ਕੈਰੀਅਰ ਵੀ ਮੈਂ ਇਸੇ ਲਾਈਨ 'ਚ ਹੀ ਆਪਣਾ ਕਰੂੰਗਾ। ਜਿੰਨਾ ਵੀ ਵੱਧ ਤੋਂ ਵੱਧ ਵਰਲਡ ਦੇ ਵਿੱਚ ਕੰਟਰੀਜ਼ ਨੇ ਉਹ ਬਾਈਸਾਈਕਲ ਹੀ ਟਰੈਵਲ ਕਰੂੰਗਾ, ਬਾਈਸਾਈਕਲ ਹੀ ਟਰੈਵਲ ਕਰੂੰਗਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਇਹ ਵਿਲੱਖਣ ਤਸਵੀਰਾਂ ਨੇ, ਐਕਸਕਲੂਸਿਵ ਤਸਵੀਰਾਂ ਨੇ। ਸੋ ਇੱਥੇ ਮਾਤਾਵਾਂ ਵੀ ਨੇ, ਬਜ਼ੁਰਗ ਵੀ ਨੇ। ਮਾਤਾ ਜੀ ਕਿੱਦਾਂ ਲੱਗਦਾ ਹੈ ਇਹ ਸਾਈਕਲ ਤੇ ਕਿਸਾਨਾਂ ਦੇ ਹੱਕ ਵਿੱਚ ਫਤਿਹਗੜ੍ਹ ਸਾਹਿਬ? ਬਹੁਤ ਬੜੀ ਬਾਤ ਹੈ, ਇਤਨੀ ਬੜੀ ਬਾਤ ਹੈ ਕਿ ਕੋਈ ਗੁੰਜਾਇਸ਼ ਨਹੀਂ ਹੈ। ਕਿਸਾਨੋ ਕੇ ਹਿੱਤ ਮੇ ਇਤਨੀ ਦੂਰ ਚ ਟਰੈਵਲ ਕਰਕੇ ਆਏ, ਚੱਲ ਰਿਹਾ ਹੈ, ਬਿਲਕੁਲ ਕੋਈ ਡੰਡੋਤ ਕਰ ਰਿਹਾ ਹੈ ਨਾ? ਬਿਲਕੁਲ ਠੀਕ ਕਹਿ ਰਹੇ, ਬਹੁਤ ਬੜੀ ਬਾਤ ਹੈ ਬੇਟਾ। ਗੋਡ ਬਲੈਸ ਯੂ, ਗੋਡ ਬਲੈਸ ਯੂ। ਸ਼ਾਬਾਸ਼ੀ ਬੇਟਾ, ਸ਼ਾਬਾਸ਼ੀ। ਬਸ ਇਸ ਤੋਂ ਵੱਧ ਕੁਝ ਨਹੀਂ ਮਿਲ ਰਿਹਾ ਹੈ। ਦੁਆਵਾਂ ਮਿਲ ਰਹੀਆਂ ਨੇ, ਸੋ ਮਿਲਣਗੀਆਂ ਵੀ। ਜਦੋਂ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ, ਅੰਨਦਾਤਾ ਦੇ ਹੱਕ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਹਰ ਇੱਕ ਬਜ਼ੁਰਗ ਮਿਲ ਕੇ ਸ਼ਾਬਾਸ਼ ਦੇ ਕੇ ਜਾ ਰਿਹਾ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਕੈਨੇਡਾ ਦੇ ਵਿੱਚ ਗੂੰਜਣ ਦੇ ਲਈ, ਦੱਸਣ ਦੇ ਲਈ ਕਿਸਾਨੀ ਦੇ ਹੱਕ ਵਿੱਚ ਕੀ ਧੱਕਾ ਹੋ ਰਿਹਾ ਹੈ। ਭਾਰਤ ਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਦੱਸਣ ਲਈ ਜਾ ਰਹੇ ਹੈ। ਸਾਡੇ ਨਾਲ ਹਰਸ਼ ਸਿੱਧੂ ਹੱਕ ਵਿੱਚ ਯੂਨਾਈਟਿਡ ਸਿੱਖ ਨਾਲ ਜੁੜੇ ਹੋਏ ਨੇ, ਬੜਾ ਵਧੀਆ ਗੀਤ ਵੀ ਲਿਖਿਆ ਹੈ, ਇਹਨਾਂ ਦੇ ਅੰਦਰ ਵੀ ਜਜ਼ਬਾਤ ਨੇ। ਸਵਾਗਤ ਹੈ ਹਰਸ਼ ਸਿੱਧੂ, ਸਤਿ ਸ਼੍ਰੀ ਅਕਾਲ ਜੀ। ਅਤੇ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਆਪਾਂ ਵਾਹਿਗੁਰੂ ਨਾਲ ਸੇਵਾ ਲਵਾਈ ਇੱਥੇ, ਕਿਉਂਕਿ ਹੁਣ ਤੱਕ ਆਪਾਂ ਨੂੰ ਬਸ ਇਹ ਕਹਿ ਕੇ ਜੁੜਿਆ ਗਿਆ ਸੀ ਵੀ ਆਪਣੇ ਪੰਜਾਬ 'ਚ ਨਸ਼ਾ ਬਹੁਤ ਹੈ ਜੀ, ਐਵੇਂ ਕਰਕੇ, ਹੈ ਨਾ। ਤੇ ਹੁਣ ਸਰਕਾਰ ਨੂੰ ਵੀ ਇੱਕ ਤਰ੍ਹਾਂ ਕਿਤੇ ਵਹਿਮ ਸੀ ਕਿ ਹੋਏ ਹਫਤਾ ਰਹਿਣਗੇ, ਮਹੀਨਾ ਚੱਕਿਆ ਗਿਆ ਸਰਕਾਰ ਦਾ, ਛੱਡ ਮੇਲਾ ਦਾ ਵਿਸ਼ਵ ਲੈਵਲ ਦਾ ਚੱਕ ਦਿੱਤਾ ਹੈ, ਹੁਣ ਦੱਸ ਕੇ ਮਹੀਨਾ ਰਹਿਣਗੇ, ਚਲੋ ਵੱਧ ਤੋਂ ਵੱਧ 2 ਮਹੀਨੇ ਫਿਰ ਆਪਣਾ ਲੰਘ ਜਾਂਗੇ। ਪਰ ਇਹ ਨਹੀਂ ਪਤਾ ਵੀ ਸਾਡੀ ਕੌਮ ਦਾ ਇਤਿਹਾਸ ਕੀ ਆ, ਭਾਵੇਂ ਸਾਲ ਲੱਗੇ ਭਾਵੇਂ 2 ਸਾਲ ਲੱਗੇ, ਜਜ਼ਬੇ ਕਾਇਮ ਨੇ, ਖੜੇ ਆ ਇੱਥੇ। ਬਾਕੀ ਮੈਂ ਆਪਣਾ 4 ਕਹਿਣਾ ਗੱਲ ਚਾਹੂੰਗਾ। ਤੁਸੀਂ ਜ਼ਰੂਰ ਕਹੋ, ਤੁਹਾਡਾ ਬੜਾ ਫੇਮਸ ਹੋਇਆ ਹੈ ਕਿਸਾਨੀ ਨੂੰ ਲੈ ਕੇ, ਸੋ ਤੁਹਾਡੇ ਵਰਗੇ ਜਦੋਂ ਨੌਜਵਾਨ ਆ ਜਾਂਦੇ ਆ, ਵੱਡੇ ਕਲਾਕਾਰ ਆ ਜਾਂਦੇ ਆ, ਤਾਂ ਹੌਸਲਾ ਲੋਕਾਂ ਦਾ ਵੱਧਦਾ, ਉਹ ਤੁਸੀਂ ਜ਼ਰੂਰ ਸੁਣਾਓ ਤੁਸੀਂ ਕੀ ਤਿਆਰ ਕੀਤਾ ਹੈ। ਹਾਂਜੀ ਹਾਂਜੀ, ਕਹਿੰਦਾ ਹੋ ਸਾਡੇ ਧਰਨੇ ਤੇ ਮੁੱਕੀ ਜਾਂਦੇ ਦਾਦੇ ਪੜਦਾਦੇ, ਤੁਸੀਂ ਏਸੀਆਂ 'ਚ ਬੈਠ ਖਿਲਵਾੜ ਕਰਦੇ, ਹੋ ਜੂਨ ਕਰਦੇ ਖਰਾਬ ਨਾ ਕੋਈ ਦੰਦੇ ਰੋਜ਼ਗਾਰ, ਫਾਹਾ ਲੈਣ ਵਾਲੇ ਪੈਦਾ ਨੇ ਹਾਲਾਤ ਕਰਦੇ, ਹੋ ਤੁਸੀਂ ਬੀਜਦੇ ਹੋ ਕੰਡੇ ਅਸੀਂ ਅੰਨ ਰਹਿੰਦੇ ਬੀਜਦੇ, ਵੱਢਦੇ ਹੋ ਫਾਹੇ ਸਾਡੀ ਕੱਲੀ ਕੱਲੀ ਰੀਜਦੇ, ਜੱਟ ਬੜੇ ਅੱਕੇ ਹੁਣ ਜਾਣੇ ਨਹੀਂ ਉਹ ਡੱਕੇ, ਸਰਕਾਰ ਤੇਰੀ ਕਰ ਦਾਂਗੇ ਕੱਖ ਦਿੱਲੀਏ, ਕਿਸਾਨ ਏਕਤਾ ਦੇ ਹੋ ਗਏ ਕੱਠ ਦਿੱਲੀਏ, ਹੋ ਕਿਵੇਂ ਖਾਉਣ ਤੈਨੂੰ ਦੇ ਦਿਆਂਗੇ ਹੱਕ ਦਿੱਲੀਏ, ਗਲਾਂ ਮੈਨੂੰ ਵੀ ਪੈਣ ਲੱਗੇ ਲਾਉਂਦੇ ਮਿੰਟ ਨਾ, ਹੋ ਸਾਡੇ ਪਹਿਲੀਆਂ ਜਵਾਉਂਦੇ ਰਹੇ ਹੱਥ ਦਿੱਲੀਏ, ਮਿਹਰਬਾਨੀ। ਸੋ ਪੰਜਾਬੀਆਂ ਨੂੰ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਰੋਲੇ ਰੱਪੇ ਪਾਉਣੇ ਵਾਲੇ, ਭੰਗੜੇ ਪਾਉਣੇ ਵਾਲੇ ਗਾਣੇ, ਇਹ ਵੈਲ ਕੁਆਲੀਫਾਈਡ, ਵੈਲ ਕੁਆਲੀਫਾਈਡ ਨੌਜਵਾਨ ਨੇ, ਪੂਰਾ ਦਿਨ ਯੂਨਾਈਟਿਡ ਸਿੱਖ ਦੇ ਝੰਡੇ ਥੱਲੇ ਸੇਵਾ ਕਰਦੇ ਨੇ, ਦਵਾਈਆਂ ਫ੍ਰੀ ਦਿੰਦੇ ਨੇ, ਮੌਲ ਵੀ ਤੁਹਾਨੂੰ ਦਿਖਾਇਆ ਇਸ ਤੋਂ ਪਹਿਲੀ ਰਿਪੋਰਟ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਮਦਦ ਕਰਦੇ ਨੇ ਫ੍ਰੀ ਆਫ ਦਾ ਕੋਸਟ, ਜਜ਼ਬਾਤ ਅੰਦਰ ਪੰਜਾਬੀ ਹੈ, ਬਹੁਤ ਤੁਸੀਂ ਵਧੀਆ ਸੁਣਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਤੇ ਆਉਣ ਦੇ ਲਈ। ਸੋ ਤੁਹਾਨੂੰ ਹਰ ਉਸ ਹਸਤੀ ਨਾਲ, ਹਰ ਉਸ ਨੌਜਵਾਨ ਦੇ ਨਾਲ ਜਿਹਦੇ ਅੰਦਰ ਗੁਣ ਹੈ, ਜਿਹਦੇ ਅੰਦਰ ਜਜ਼ਬਾ ਹੈ, ਜਿਹਦੇ ਅੰਦਰ ਜੋਸ਼ ਹੈ, ਔਰ ਜਿਹਦੇ ਅੰਦਰ ਸਬਰ ਵੀ ਹੈ, ਬਾਬੇ ਨਾਨਕ ਦਾ ਦਿੱਤਾ ਹੋਇਆ ਸੰਦੇਸ਼ ਵੀ ਹੈ, ਉਹ ਤੁਹਾਨੂੰ ਰਿਪੋਰਟਾਂ ਨਸਰ ਕਰਦੇ ਰਹਾਂਗੇ। ਫਿਲਹਾਲ ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਵਿੱਕੀ ਦੇ ਨਾਲ ਕੁੰਡਲੀ ਬਾਰਡਰ ਦਿੱਲੀ ਤੋਂ ਗੌਰਵ ਰਾਣਾ, ਫਤਿਹਗੜ੍ਹ ਸਾਹਿਬ ਦੀ।